ਨਾ ਅਮੀਰਾਂ ਦੇ। ਤਾਜਦਾਰਾਂ ਦੇ ਨਾ ਅਮੀਰਾਂ ਦੇ ਦੀਵੇ ਜਲਦੇ ਸਦਾ ਫਕੀਰ। ਜਿਤਨਾ ਦੀਆ ਸਰਕਾਰ ਨੇ ਉਤਨੀ ਮੇਰੀ ਔਕਾਤ ਨਹੀਂ, ਜਿਤਨਾ ਦੀਆ ਸਾਈਂ ਸੁਰਿੰਦਰ ਸ਼ਾਹ ਜੀ ਨੇ। ਸਾਈਂ ਸਾਈਂ ਕਹਿਣਾ ਸੌਖਾ, ਬਣਨਾ ਬੜਾ। ਸਾਈਂ ਬਣਨ ਲਈ ਆਪਣਾ ਆਪ ਪਰਿਵਾਰ ਆਪਣੀ ਜ਼ਿੰਦਗੀ ਦਾ ਇੱਕ ਇੱਕ ਖੁਸ਼ੀਆਂ ਦਾ ਪਲ ਉਹ ਸਾਰਾ ਕੁਛ ਤਿਆਗਣਾ ਪੈਂਦਾ। ਦੁਨੀਆ ਵੀ ਹਰ ਇੱਕ ਚੀਜ਼ ਤਿਆਗਣੀ ਪੈਂਦੀ, ਫਿਰ ਸਾਈਂ ਬਣਦਾ। ਏਡਾ ਵੱਡਾ ਮੇਲਾ, ਏਡਾ ਵੱਡਾ ਕੱਚ, ਜੇ ਤੁਸੀਂ ਕਹੋ ਵੀ ਕੋਈ ਨੋਰਮਲ ਬੰਦਾ ਏਡਾ ਵੱਡਾ ਇਕੱਠ ਕਰ ਸਕਦਾ, ਨਹੀਂ ਹੁੰਦਾ ਕਿਸੇ ਲਈ, 10-20 ਲੋਕ ਇਕੱਠੇ ਨਹੀਂ ਹੁੰਦੇ। ਮੈਂ ਉਹ ਵਕਤ ਵੀ ਦੇਖਿਆ ਬਾਕਰਪੁਰ ਦਾ ਕਿ ਜਦੋਂ ਇੱਥੇ ਚਾਲ ਸੀ, ਚੋਣ ਸੀ, ਉਜਾਰ ਸੀ, ਪਰ ਜਦੋਂ ਦਾ ਬਾਬਾ ਜੀ ਨੇ ਇਸ ਜਗ੍ਹਾ ਉੱਤੇ ਉਸ ਮਾਲਕ ਦੇ ਨਾਮ ਦਾ ਦੀਵਾ ਜਗਾਇਆ, ਬਸ ਫਿਰ ਉਦੋਂ ਇਹ ਹੋ ਗਿਆ ਕਿ ਜੰਗਲਾਂ ਵਿੱਚ ਮੰਗਲ ਕਰ ਦਿੰਦੇ ਜਿੱਥੇ ਹੋਵੇ, ਬਸ ਸੰਤਾਂ ਜੰਗਲਾਂ ਵਿੱਚ ਮੰਗਲ ਕਰ ਦਿੰਦੇ ਜਿੱਥੇ ਹੋਵੇ, ਬਸ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਹੈ। ਕੀਤਾ ਅਰਦਾਸਾ ਸੰਤਾਂ, ਚਾਹ ਪੂਰੀ ਹੋ ਜਾਏ ਹਰ ਦਿਲ ਦੀ, ਹੋਵੇ ਪਰਵਾਸਾ ਸੰਤਾਂ ਦਾ, ਮੁੱਟ ਦਿੰਦੇ ਜਗਾਏ ਵਰਸ਼ ਦੀਆਂ ਜਿਹੜਾ ਕਰੇ ਤਮਾਸ਼ਾ। ਮੁਬਾਰਕਬਾਦ ਹੈ ਕਿ ਦੁਰਗਾ ਰੰਗੀਲਾ ਵੀ ਇਸ ਮਾਲਾ ਦਾ ਇੱਕ ਮੋਤੀ ਬਣ ਗਿਆ, ਜਿਹੜੀ ਮਾਲਾ ਦੇ ਵਿੱਚ ਜਗ੍ਹਾ ਲੱਭਣ ਲਈ ਕਈ ਸਾਲ ਲੱਗ ਜਾਂਦੇ ਆ। ਹਜ਼ਾਰੋਂ ਸਾਲ ਨਰਗਸ਼ ਆਪਣੀ ਬੇਨੂਰੀ ਫਿਰ ਰੋਤੀ ਹੈ, ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮਹਿੰਦੀ ਦਾ, ਪਰ ਮੈਨੂੰ ਬੜੀ ਛੇਤੀ ਇਸ ਮਾਲਾ ਦੇ ਵਿੱਚ ਜਗ੍ਹਾ ਮਿਲੀ। ਮੈਂ ਸਾਈਂ ਜੀ ਨੂੰ ਇਹ ਦੁਆ ਕਰਾਂਗਾ ਕਿ ਮੈਨੂੰ ਆਪਣੇ ਹਮੇਸ਼ਾ ਗਲ 'ਚ ਪਾ ਕੇ ਰੱਖਿਆ, ਕਿਉਂਕਿ ਸਾਈਂ ਅੱਗੇ ਵੀ ਮੇਰੇ ਸਿਰ 'ਤੇ ਤਾਜ, ਤਾਜ ਤਾਂ ਇੱਕੋ ਹੀ ਬਹੁਤ ਹੁੰਦਾ, ਮੇਰੇ ਕੋਲ ਤਾਂ ਦੋ ਹੋ ਗਏ, 1, 2, 2, 11। ਸਦਕੇ ਜਾਵਾਂ ਮੈਂ 11ਵੀਂ ਬਾਲੜੇ ਤੋਂ, ਹਰ ਹਰ ਵਾਰ ਆਵੇ ਵਾਰ ਵਾਰ 11, ਹਰਫ ਅੱਲਾ ਮੁਹੰਮਦ ਨੂੰ 8 ਲੱਗਦੇ, 3 ਅਲੀ ਦੇ ਬਣਦੇ ਨੇ ਯਾਰ 11, 4 ਯਾਰਾਂ ਦੇ ਹਸਨ ਹੁਸੈਨ ਦੇ 7, ਕਿਉਂ ਜੀ ਹੋ ਗਏ ਨੇ 7 ਤੇ 4 11। ਸੋ ਮੈਂ 9ਵਾਂ ਇਹ ਵਿਸ਼ਾਲ ਮੇਲਾ ਮੈਂ ਸਾਈਂ ਜੀ ਦੇ ਲਈ ਇਹ 2-4 ਲਾਈਨਾਂ ਜਿਹੜੀਆਂ ਕਹਿਣੀਆਂ ਚਾਹਾਂਗਾ ਇਹਨਾਂ ਦੇ ਚਰਨਾਂ 'ਚ, ਕਿ ਇਹਨਾਂ ਨੇ ਇੱਕ ਇੱਦਾਂ ਦਾ ਕੰਮ ਸ਼ੁਰੂ ਕਰ ਦਿੱਤਾ। 9 ਨਹੀਂ, ਵੈਸੇ 9 ਨਾਥ ਹੁੰਦੇ ਨੇ, ਭੋਲੇ ਨਾਥ, ਕਲਾਰ ਨਾਥ, ਬਦਰੀ ਨਾਥ, ਬਾਲਕ ਨਾਥ, 9 ਨਾਥ, ਬਾਲਕ ਨਾਥ। ਇਹ 9ਵਾਂ ਮੇਲਾ, ਇਹ 9 ਨਹੀਂ, 900 ਨਹੀਂ, 9 ਲੱਖ ਨਹੀਂ, 9 ਅਰਬ ਨਹੀਂ, 9 ਖਰਬ ਨਹੀਂ। ਦੋਸਤੋ ਇਹ ਜਿੰਨਾ ਚਿਰ ਦੁਨੀਆ ਰਹੇਗੀ ਨਾ, ਇੱਥੇ ਮੇਲੇ ਹੁੰਦੇ ਹੀ ਰਹਿਣਗੇ। ਤਾਲੀ ਬੜੀ ਜ਼ੋਰ ਨਾਲ ਵਜਾ ਦਿਆ ਕਰੋ ਜਿਹੜੇ ਕਲਾਕਾਰ ਦੇ ਸਰਮੌਰ ਸਿੰਗਰ ਨੇ, ਮੈਂ ਕਲਾਕਾਰ ਨਹੀਂ ਹਾਂ, ਜਿਹੜੇ ਪੰਜਾਬ ਦੇ ਸਿੰਗਰ ਹੈ ਵੱਡੇ ਵੱਡੇ, ਉਹ ਬਾਬਾ ਜੀ ਦੀ ਬਦੌਲਤ ਤੁਹਾਡੀ ਨਜ਼ਰ ਗੁਰਦਾਨ ਕਰਕੇ ਜਾਂਦੇ ਆ, ਨਹੀਂ ਕਿਸੇ ਦੀ ਕਿਆ ਹਿੰਮਤ ਹੈ। ਉਹ ਪੀਰ ਬਾਬੇ ਦਾ ਦਰਬਾਰ, ਸਾਈਂ ਸੁਰਿੰਦਰ ਸ਼ਾਹ ਜੀ ਦਾ ਦਰਬਾਰ, ਜੇ ਕੋਈ ਬੰਦਾ ਚਾਹੇ ਨਾ, ਪ੍ਰੋਗਰਾਮ ਸੁਣਨਾ ਬਹੁਤ ਦੂਰ ਦੀ ਗੱਲ ਹੈ,
ਪੰਡਾਲ ਚ ਬੈਠਣਾ ਬਹੁਤ ਦੂਰ ਦੀ ਗੱਲ ਹੈ, ਸਲਾਮ ਕਰਨਾ ਬੜੀ ਦੂਰ ਦੀ ਗੱਲ ਹੈ, ਜੇ ਉਹ ਮਾਲਕ ਦਾ ਆਸ਼ੀਰਵਾਦ ਨਾ ਹੋਵੇ ਬੰਦਾ ਦਰਬਾਰ ਦੇ ਅੱਗੋਂ ਦੇ ਵੀ ਨਹੀਂ ਲੰਘ ਸਕਦਾ। ਤੇ ਸਾਰੇ ਦਾਤਿਆਂ ਦੀ ਰਹਿਮਤ ਸਲਾਮ ਹੈ ਸਭ ਤੋਂ। ਤੁਸੀਂ ਨਾਚੀਜ਼ ਨੂੰ ਦੂਜੀ ਵਾਰੀ ਯਾਦ ਕੀਤਾ ਔਰ ਮੈਂ ਇੱਕ ਵਾਰ ਹੱਥ ਖੜੇ ਕਰਕੇ ਸਾਰੇ ਤਾਲੀ ਜੋ ਬਾਬਾ ਜੀ ਅਸੀਂ ਅਦਾ ਕਰਦੇ। ਬਾਬਾ ਜੀ ਕਹਿੰਦੇ ਜੁਗ ਜੁਗ ਜੀ ਸੁਣਿਆ ਤੇਰੀ ਦੁਨੀਆਂ ਆਬਾਦ ਹੋਵੇ, ਰੱਬ ਤੈਨੂੰ ਰਾਜੀ ਰੱਖੇ ਤੇਰਾ ਵਸਦਾ ਜਹਾਨ। ਮੈਂ ਤੁਹਾਡੇ ਲਈ ਵੀ ਇੱਕ ਤਾਂ ਜ਼ਰੂਰ ਰੱਖਾਂਗਾ, ਸੇਮ ਰੰਗ ਬੇਟਾ ਸਿੰਘ ਸੁਣ ਜਾ। ਬਾਬਾ ਜੀ ਤੇਰੇ ਪਿਆਰ ਦੀ ਸੌ ਮੈਨੂੰ, ਤੇਰੇ ਪਿਆਰ ਦੀ ਸੌ ਮੈਨੂੰ, ਤੇਰੇ ਪਿਆਰ ਦੀ ਸੌ ਮੈਨੂੰ। ਜੇ ਸੌ ਪਿਆਰ ਦੇ ਵਿੱਚ ਖਾਣੀ ਹੋਵੇ ਤਾਂ ਗਾਇਕੀ ਦਾ ਵੀ ਇੱਕ ਲਹਿਜਾ। ਤੇਰੇ ਪਿਆਰ ਦੀ ਸੌ ਮੈਨੂੰ ਹੋ ਸਜਣ ਰੱਬ ਮੈਨੂੰ ਭੁੱਲ ਜਾਵੇ ਤੇ ਭੁੱਲ ਜਾਵਾਂ ਜੇ ਤੈਨੂੰ। ਤੂੰ ਮੇਰੇ ਰੋਮ ਦੇ ਰੋਮ ਦੇ ਵਿੱਚ ਵਸਿਆ, ਕਦੀ ਵੱਖ ਵੀ ਨਾ ਹੋਵਾਂ ਮੈਂ। ਇੱਕ ਦਿਨ ਸਾਈਂ ਜੀ ਇਸ ਮੇਲੇ ਦੇ ਲਈ ਮੈਨੂੰ ਫੋਨ ਗਿਆ, ਰਾਤ ਦੇ 12 ਵਜੇ ਹੋਏ। ਮੈਨੂੰ ਕਹਿੰਦੇ ਪੁੱਤਰਾ ਕੀ ਕਰਨਾ। ਮੈਂ ਕਿਹਾ ਜੀ ਅੱਖ ਲੱਗ ਗਈ ਸੀ। ਕਹਿੰਦੇ ਉਹ ਸੱਜਣਾ ਤੇਰੀ ਅੱਖ ਹੋਰ ਜਗ੍ਹਾ ਕਿਵੇਂ ਲੱਗ ਸਕਦੀ। ਮੈਂ ਕਿਹਾ ਜੀ ਮੈਂ ਸਮਝਿਆ ਨਹੀਂ। ਕਹਿੰਦੇ ਸੋਹਣਿਆ ਲੱਗੀ ਵਾਲੇ ਕਦੇ ਨਹੀਂ ਅੱਖ ਲਾਉਂਦੇ, ਉਹ ਤੇਰੀ ਕਿਵੇਂ ਅੱਖ। ਤੂੰ ਤਾਂ ਕਹਿੰਦਾ ਸਾਈਂ ਜੀ ਮੇਰੀ ਤੁਹਾਡੇ ਨਾਲ ਲੱਗੀ ਵੀ ਆ, ਹੋਰ ਕਿੱਥੇ ਲੱਗ ਗਈ ਸੀ। ਮੈਂ ਕਿਹਾ ਜੀ ਬਸ ਤੁਹਾਡੇ ਹੀ ਸੁਪਨੇ ਲੈ ਰਿਹਾ ਸੀ। ਸੋ ਬੜਾ ਕਰਮ ਹੈ ਮੇਰੇ ਉੱਤੇ, ਮੈਂ ਬੜਾ ਸ਼ੁਕਰਗੁਜ਼ਾਰ ਹਾਂ। ਮੈਨੂੰ ਮਾਣ ਬਖਸ਼ਿਆ, ਸਨਮਾਨ ਬਖਸ਼ਿਆ। ਜੋਰਦਾਰ ਤਾਲੀਆਂ ਇੱਕ ਵਾਰ ਸਾਈਂ ਜੀ ਦੇ ਨਾਂ ਤੇ, ਸਾਈਂ ਸੁਰਿੰਦਰ ਸ਼ਾਹ ਜੀ। ਹਰਸ਼ਿੰਦਰ ਸਿੰਘ ਮੇਰੇ ਬਾਈ ਜੀ DSP, ਆਹਾ ਕਿਆ ਬਾਤ ਹੈ, ਬੜੇ ਖੂਬ ਸਲਾਮ ਹੈ। ਜਿਹੜੇ ਚਮਕੌਰ ਸਾਹਿਬ ਹੀ ਰਹਿ ਕੇ ਆਏ ਸਾਡੇ ਪਰਮ ਮਿੱਤਰ ਔਰ ਮਾਲਕ, ਅੱਜ ਕੱਲ੍ਹ ਏਅਰਪੋਰਟ ਦੇ ਵਿੱਚ ਇਹਨਾਂ ਦੀ ਡਿਊਟੀ ਆ। ਅੱਜ ਕਿਰ ਸੰਗ ਤੂੰ, ਮੈਂ ਆਪਣੇ ਵੀਰ ਨੂੰ ਬਹੁਤ ਮੁਬਾਰਕਬਾਦ ਦਿੰਦਾ। ਮੈਂ ਸੰਗਤ ਨੂੰ ਪ੍ਰਬੰਧਕਾਂ ਵੱਲੋਂ ਬੇਨਤੀ ਹੈ, ਕਹਿੰਦੇ ਜੀ ਤੁਸੀਂ ਥੋੜ੍ਹੇ ਥੋੜ੍ਹੇ ਅੱਗੇ ਹੋ ਜਾਓ ਵੀ ਪਿੱਛੇ ਸੰਗਤਾਂ ਬਹੁਤ ਜ਼ਿਆਦਾ ਖੜੀਆਂ, ਉਹ ਵੀ ਬੈਠ ਜਾਣਗੀਆਂ ਅਤੇ ਤੁਸੀਂ ਨਾਲੇ ਬੈਠ ਵੀ ਜਾਓ ਜਿਹੜੇ ਖੜ੍ਹੇ ਆ। ਪਿਛਲੀ ਵਾਰੀ ਬਾਬਾ ਜੀ ਮੈਨੂੰ ਕਹਿੰਦੇ, ਕਹਿੰਦੇ ਪੁੱਤਰਾ ਤੂੰ ਗਾ ਕੇ ਚਲੇ ਗਿਆ, ਕਹਿੰਦੇ ਵਧੀਆ ਗੱਲ ਨਹੀਂ ਹੋਈ। ਮੈਂ ਕਿਹਾ ਜੀ ਕੀ ਹੋਇਆ। ਕਹਿੰਦੇ ਇਸ ਵਾਰੀ ਤੈਨੂੰ ਬਾਅਦ ਵਿੱਚ ਗਾਉਣ ਦੇ। ਬਾਬਾ ਜੀ ਤੁਸੀਂ ਜਾਣਾ ਨਹੀਂ ਕਿਤੇ, ਮੈਂ ਇੱਕ ਨਵੀਂ ਚੀਜ਼ ਜਿਹੜੀ ਤਿਆਰ ਕਰਕੇ ਲਿਆ, ਪਹਿਲੇ ਸੁਣਾਉਣੀ ਹੈ, ਬਾਅਦ 'ਚ ਸੁਣ ਕੇ ਫਿਰ ਚੱਲ ਜਾ। ਮੈਂ ਤੁਹਾਡੇ ਨਾਲ ਹੀ ਸ਼ੁਰੂ ਕਰਾਂ, ਉਸ ਤੋਂ ਬਾਅਦ ਫਿਰ ਜੇ 2-4 ਮਿੰਟ ਕੋਈ ਕੰਮ ਹੈ ਤਾਂ ਜ਼ਰੂਰ। ਜਿਨ੍ਹਾਂ ਦੀ ਬਦੌਲਤ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਸਾਰੇ ਜੀਜਾ ਜੀ ਸਾਹਿਬ, ਪੰਜਾਬੀ ਟ੍ਰਿਬਿਊਨ ਤੋਂ ਸਰਦਾਰ ਸੁਰਿੰਦਰ ਸਿੰਘ ਜੀ ਅਤੇ ਰਜਿੰਦਰ ਸਿੰਘ ਜੀ ਥੋਹਾ ਸਾਹਿਬ, ਇਹ ਸਾਡੇ ਬਹੁਤ ਮੇਰੇ ਕਲੋਜ਼ ਨੇ, ਬੜਾ ਰਿਸ਼ਤਾ ਗੂੜ ਹੈ ਇਹਨਾਂ ਦੇ ਨਾਲ, ਜਿੱਥੇ ਵੀ ਮੇਰੀ ਡਿਊਟੀ ਲਾਉਂਦੇ ਆ, ਅਤੇ ਮੈਂ ਕਦੇ ਇਹ ਗੱਲ ਕਹਿ ਨਹੀਂ ਸਕਦਾ ਕਿ ਮੈਂ ਨਹੀਂ ਗਾਉਣਾ। ਸੋ ਬਹੁਤ ਮਿਹਰਬਾਨੀ ਹੈ, ਮੈਂ ਉਹਨਾਂ ਦੀ ਵੀ ਲੰਬੀ ਉਮਰ ਦੀ ਦੁਆ ਕਰਦਾ ਬਾਬਾ ਜੀ ਦੇ ਚਰਨਾਂ ਦੇ ਵਿੱਚ। ਜਿੰਨੇ ਪ੍ਰੈਸ ਤੋਂ ਆਏ ਆ, ਜਿੰਨੇ ਪੇਪਰ ਮੀਡੀਆ ਤੋਂ ਮੇਰੇ ਵੀਰ, ਪੰਜਾਬੀ ਟ੍ਰਿਬਿਊਨ, ਅਜੀਤ, ਜਗਬਾਣੀ, ਦੇਸ਼ ਸੇਵਾ, ਚੜ੍ਹਦੀ ਕਲਾ, ਨਵਾਂ ਜ਼ਮਾਨਾ, ਜਿੰਨੇ ਵੀ ਪ੍ਰੈਸ ਵਾਲੇ ਆਏ ਆ, ਤਮਾਮ ਪ੍ਰੈਸ ਨੂੰ ਮੇਰੇ ਵੱਲੋਂ ਮੁਬਾਰਕਬਾਦ ਹੈ।
ਇਲੈਕਟ੍ਰੋਨਿਕ ਮੀਡੀਆ ਨੂੰ ਮੇਰੇ ਵੱਲੋਂ ਮੁਬਾਰਕਬਾਦ ਹੈ, ਬਹੁਤ ਮਿਹਰਬਾਨੀ ਤੁਹਾਨੂੰ ਸਾਰਿਆਂ ਨੂੰ ਬੜੀ ਦੂਰੋਂ ਦੂਰੋਂ। ਮੇਰਾ ਪੀਰ ਜੱਸੀ ਕੈਮਰਾਮੈਨ, ਮਹਾਰਾਜ ਦਾ ਵੈਸੇ ਮੈਂ ਸਾਰੇ ਪਰਿਵਾਰ ਨੂੰ ਵਧਾਈ। ਬੜੀ ਦੂਰ ਦੂਰ ਤੱਕ ਪੋਸਟਰ ਲੱਗੇ ਆ, ਮੈਨੂੰ ਬੜੇ ਫੋਨ ਆਏ ਕਹਿੰਦੇ ਜੀ ਤੁਸੀਂ ਕਿਸ ਦਿਨ ਗਾਉਣਾ ਬਾਕਾ ਕੌਰ। ਮੈਂ ਕਿਹਾ ਜਦੋਂ ਬਾਬਾ ਜੀ ਦਾ ਹੁਕਮ ਹੈ ਉਹਨਾਂ ਨੇ ਨਾ ਚੀਜ਼ ਨੂੰ ਯਾਦ ਕੀਤਾ ਔਰ ਮੈਂ ਹਾਜ਼ਰ ਹੋਇਆ। ਮੇਰੀ ਕਿਆ ਤਾਕਤ ਹੈ ਵੀ ਮੈਨੂੰ ਬਾਬਾ ਜੀ ਯਾਦ ਕਰਨ ਮੈਂ ਨਾ ਕਰਾਂ। ਹੁਕਮ ਹੈ ਫਕੀਰਾਂ ਦਾ ਕੌਣ ਮੋੜ ਸਕਦਾ, ਜਿਹੜੇ ਮੋੜ ਜਾਂਦਾ ਨਾ ਉਹ ਪਛਤਾਉਂਦਾ ਕਈ ਵਾਰੀ। ਬਸ ਨੂੰ ਜ਼ੋਰਦਾਰ ਤਾੜੀ ਇੱਕ ਵਾਰੀ ਬਾਬਾ ਜੀ ਨੂੰ। ਰਸਤੇ ਦੇ ਵਿੱਚ ਕਿਸੇ ਨੇ ਖੜਨਾ ਨਹੀਂ, ਕਿਹੜਾ ਰਸਤਾ ਨਾ ਪਲੀਜ਼। ਮੈਂ ਬੇਨਤੀ ਕਰਾਂਗਾ ਕਿ ਪਿਛਲਿਆਂ ਨੂੰ ਦੇਖਣ ਲਈ ਥੋੜ੍ਹਾ ਟਰਬਲ ਆਏਗੀ। ਬਾਬਾ ਜੀ ਕਹਿੰਦੇ ਤੈਨੂੰ ਬਾਅਦ ਵਿੱਚ ਇਸ ਕਰਕੇ ਗਵਾਇਆ ਵੀ ਹੁਣ ਭਾਵੇਂ ਸਵੇਰ ਤੱਕ ਗਾਈ ਸੀ ਕਿ ਪਿਛਲੀ ਵਾਰੀ ਬਹੁਤ ਸਾਰੇ ਤਾੜੀ ਵਜਾਓ ਜਰਾ ਤੁਸੀਂ ਹੱਥ ਖੜੇ ਕਰਦੇ ਜਾ ਬਹੁਤ ਸਾਚੇ ਦਰਬਾਰੀ ਹੱਥ ਖੜੇ ਕਰਕੇ ਜਗਾਰਾ ਲਾ ਜਿਹਨੂੰ ਬਾਬਾ ਜੀ ਨੇ ਦੋ ਹੱਥ ਬਖਸ਼ੇ। ਹੱਥ ਖੜੇ ਕਰਕੇ ਬਾਈ ਹਾਂ ਥੈਂਕ ਯੂ। ਬਹੁਤ ਦੂਰ ਤੱਕ ਮੇਰੀ ਨਜ਼ਰ ਜਾ ਰਹੀ ਹੈ ਜਗਾਰਾ ਸਾਹਿਬ ਦਾ ਦਰਬਾਰ ਕੀ ਦਰਬਾਰ ਕੀ ਬਹੁਤ ਤੇਰੇ ਨਾਮ ਬਿਨਾ ਮੇਰੇ ਸਈਆਂ ਤੇ ਮੈਨੂੰ ਕੌਣ ਗਰੀਬ ਨੂੰ ਜਾਣਦਾ। ਤੇਰੇ ਨਾਮ ਬਿਨਾ ਸੁਰਿੰਦਰ ਸਈਆਂ ਤੇ ਮੈਨੂੰ ਕੌਣ ਨਾਚੀਜ਼ ਨੂੰ ਜਾਣਦਾ। ਜਿਹਦੀ ਲਿਖੀ ਹੋਈ ਕਵਾਲੀ ਮੈਂ ਸਟੇਜ 'ਤੇ ਅੱਜ ਗਾ ਰਿਹਾ ਪਹਿਲੀ ਵਾਰ, ਉਹਨੂੰ ਬੇਨਤੀ ਕਰਾਂਗਾ ਕਿ ਜਿੱਥੇ ਮੇਰੀ ਆਵਾਜ਼ ਨੂੰ ਸੁਣਦਾ ਜਾਣੀ ਕਿ ਸ਼ਬੀ ਜਲਵੇੜੇ ਵਾਲਾ ਕੰਮ ਆਉਂਦੀ ਸਟੇਜ, ਸ਼ਬੀ ਜਲਵੇੜੇ ਵਾਲਾ ਬਾਈ ਰਿਪੀਟ ਨਾ ਆਵੇ ਜ਼ਿਆਦਾ ਸਾਊਂਡ ਸਰਵਿਸ